ये देख माशाल्लाह। तो छुरी से तोड़ेंगे ताकि बेल जो है ना उसको खींचना ना पड़े और आराम आराम से जो है ना। तो बस मिर्चा वाली थोड़ी हम कौन लेंगे निकाला। बिस्मिल्लाहिर्रहमानिर्रहीम। अस्सलामु अलैकुम मेरे सारे फैन भाओ, ठीक हो? की हाल चाल ने? ते जनाब इत्थे आगाज़ हो गया एक खूबसूरत जिही सुबह दा, ते मैं इस सुबह नूं तबाह कीता जनाब मिर्चा नाल। सवेरे सवेरे ना नाश्ते माश्ते तो फ्री हो के मैं अज चुक लिया मिर्चा वाला शॉपर। असल च मिर्चा जिहड़ियां ना पिसवा के रखियां होईयां सी, ते इन्हां दे विच ना ਮਿਰਚਾਂ ਦੇ ਮਤਲਬ ਬੀਜ ਜਿਹੜੇ ਸਾਬਤ ਉਹ ਉਸ ਤਰ੍ਹਾਂ ਹੀ ਸੀਗੇ, ਅਤੇ ਮੈਂ ਕਿਹਾ ਕਿ ਇਹਨਾਂ ਨੂੰ ਛਾਣ ਕੇ ਸਾਫ਼ ਕਰ ਲਵਾਂ, ਕਿਉਂਕਿ ਬੀਜ ਆ ਨਾ ਜਿਹੜੇ ਫਿਰ ਸਾਲਨ ਵਗੈਰਾ ਦੇ ਵਿੱਚ ਉੱਤੇ ਮਤਲਬ ਆਉਂਦੇ ਹੋਏ ਅੱਛੇ ਨਹੀਂ ਲੱਗਦੇ ਮਿਰਚਾਂ ਦੇ ਬੀਜ, ਅਤੇ ਸ਼ੋਰਬੇ ਵਾਲਾ ਸਾਲਨ ਬਣਾਓ ਅਤੇ ਉਹ ਉੱਤੇ ਹੀ ਤੈਰਦੇ ਰਹਿ ਜਾਂਦੇ ਆ। ਅਤੇ ਇਸ ਲਈ ਮੈਂ ਸੋਚਿਆ ਕਿ ਜਿਹੜੀ ਮੋਟੀ ਛਾਨੀ ਹੁੰਦੀ ਆ ਨਾ, ਅਤੇ ਉਹਦੇ ਨਾਲ ਮੈਂ ਇਹਨਾਂ ਨੂੰ ਛਾਣ ਕੇ ਅਤੇ ਕੱਢ ਲਵਾਂ, ਅਤੇ ਮਿਰਚਾਂ ਜਿਹੜੀਆਂ ਨਾ ਸਾਫ਼ ਸੁਥਰੀਆਂ ਕਰ ਲਵਾਂ। ਲੱਗੀ ਤਾਂ ਮੈਂ ਬੜੀ ਸ਼ੌਕੀ ਹੋ ਕੇ ਸੀ ਕਿ ਜਿੱਦਾਂ ਮੈਨੂੰ ਮਿਰਚਾਂ ਤੋਂ ਬਿਲਕੁਲ ਡਰ ਨਹੀਂ ਲੱਗਦਾ ਅਤੇ ਨਾ ਹੀ ਮਿਰਚਾਂ ਜਿਹੜੀਆਂ ਨਾ ਮੈਨੂੰ ਲੜਦੀਆਂ। ਹਾਲਾਂਕਿ ਸੁਬਹਾ ਨਾ ਦੀ ਅੱਜ ਹਵਾ ਵੀ ਬਹੁਤ ਚੱਲਣ ਰਹੀ ਹੈ, ਸੁਬਹਾ ਦੀ ਬੱਦਲ ਹੋਏ ਆ, ਮੌਸਮ ਵੀ ਬਹੁਤ ਪਿਆਰਾ ਹੋਇਆ ਹੋਇਆ ਸੀ, ਅਤੇ ਉਹ ਤੇਜ਼ ਹਵਾ ਦੀ ਵਜ੍ਹਾ ਤੋਂ ਨਾ ਜਿਸ ਟਾਈਮ ਮੈਂ ਮਿਰਚਾਂ ਛਾਣਦੀ ਪਈ ਸੀ ਉਸ ਟਾਈਮ ਤਾਂ ਮੈਨੂੰ ਪਰਵਾਹ ਵੀ ਨਹੀਂ ਹੋਈ ਕਿ ਇਹ ਮੈਨੂੰ ਕੁਛ ਕਹਿਣਗੀਆਂ, ਲੇਕਿਨ ਬਾਅਦ 'ਚ ਮੈਨੂੰ ਇੰਨਾ ਤੰਗ ਕੀਤਾ ਮਿਰਚਾਂ ਨੇ ਤਾਂ ਮੇਰੇ ਤਾਂ ਮੈਨੂੰ ਨਾਨੀ ਯਾਦ ਆ ਗਈ। ਮਤਲਬ ਇੰਨੀ ਕੁ ਮੈਨੂੰ ਜਲਨ ਹੋਈ ਮੇਰੇ ਉਹ ਹੱਥਾਂ ਤੋਂ ਸ਼ੁਰੂ ਹੋਈ ਅਤੇ ਪੂਰੇ ਬਾਜ਼ੂਆਂ ਤੱਕ ਅਤੇ ਪੂਰੇ ਜਿਸਮ 'ਤੇ ਵੀ ਮੇਰੇ ਜਿਹੜਾ ਨਾ ਇੰਨੀਆਂ ਮਿਰਚਾਂ ਦੀ ਜਲਨ ਹੋਈ ਕਿ ਮੈਂ ਜਿਹੜਾ ਨਾ ਦੋ ਵਾਰੀ ਨਹਾਇਆ। ਫਿਰ ਮੇਰੀ ਅੰਮੀ ਨੇ ਕਿਹਾ ਕਿ ਤੇਲ ਲਗਾ ਤੂੰ ਥੋੜ੍ਹਾ ਜਿਹਾ ਨਾ ਦੇਸੀ ਤੇਲ ਜਿਹੜਾ ਹੁੰਦਾ ਉਹ ਪਾਣੀ 'ਚ ਮਿਕਸ ਕਰਕੇ ਨਾ ਉਹ ਲਗਾ, ਅਤੇ ਫਿਰ ਜਿਹੜੀ ਨਾ ਜਲਨ ਥੋੜ੍ਹੀ ਜਿਹੀ ਠੀਕ ਹੋਊਗੀ। ਫਿਰ 2 ਘੰਟੇ ਮੈਂ ਜਿਹੜਾ ਪੱਖੇ ਦੇ ਲਾਗੇ ਸੁੱਤੀ ਰਹੀ ਪੱਖੇ ਦੇ ਅੱਗੇ ਨਾ ਥੋੜ੍ਹੀ ਦੇਰ, ਕਿ ਮੈਨੂੰ ਸਕੂਨ ਆ ਜਾਵੇ। ਲੇਕਿਨ ਇਹ ਕਿ ਸਾਰਾ ਦਿਨ ਮੇਰਾ ਜਿੱਦਾਂ ਹੀ ਲੰਘਿਆ ਮੈਨੂੰ ਇੱਦਾਂ ਲੱਗਦਾ ਸੀਗਾ ਕਿ ਪਤਾ ਨਹੀਂ ਮੈਂ ਨਾ ਮਿਰਚਾਂ 'ਚ ਹੀ ਅੱਜ ਬਸ ਸਾਹ ਲੈ ਰਹੀ ਹਾਂ, ਕਿੱਦਾਂ ਲੱਗ ਰਿਹਾ ਸੀ ਪਤਾ ਨਹੀਂ, ਮਿਰਚਾਂ ਹੀ ਮਿਰਚਾਂ ਮੇਰੇ ਹਰ ਆਸੇ ਪਾਸੇ ਮਿਰਚਾਂ ਹੀ ਮਿਰਚਾਂ। ਅਤੇ ਇੱਥੇ ਮੈਂ ਸਾਰੀਆਂ ਜਿਹੜੀਆਂ ਨਾ ਮਿਰਚਾਂ ਛਾਣ ਰਹੀ ਸੀ, ਉਹ ਬੀਜ ਵਗੈਰਾ ਜਿਹੜੇ ਕੱਢ ਕੇ ਸਾਰੀਆਂ ਸਾਫ਼ ਕਰ ਲਈਆਂ ਮਾਸ਼ਾਅੱਲਾ। ਫਿਰ ਮੈਂ ਕਿਹਾ ਕਿ ਹੁਣ ਇਹਨਾਂ ਨੂੰ ਸ਼ਾਪਰ ਦੇ ਵਿੱਚ ਨਹੀਂ ਰੱਖਣਾ, ਮਿਰਚਾਂ ਜਿਹੜੀਆਂ ਹੁੰਦੀਆਂ ਨੇ ਨਾ ਇਹ ਖਰਾਬ ਹੋ ਜਾਂਦੀਆਂ। ਮਤਲਬ ਕੋਈ ਵੀ ਚੀਜ਼ ਹੋਵੇ ਆਪਣੇ ਕੋਲ, ਮਸਾਲੇ ਜਾਂ ਜੋ ਵੀ ਚੀਜ਼ਾਂ ਹੋਣ, ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਾਂ ਉਹਨਾਂ ਨੂੰ ਛਾਪਰਾਂ 'ਚ ਨਾ ਰੱਖੀਏ ਆਪਣੇ ਕੋਲ। ਅਗਰ ਤਾਂ ਕੋਈ ਸ਼ੀਸ਼ੇ ਦੇ ਜਾਰ ਹੋਣ ਤਾਂ ਬਹੁਤ ਅੱਛੀ ਗੱਲ ਹੈ, ਲੇਕਿਨ ਪਿੰਡਾਂ ਦੇ ਵਿੱਚ ਸ਼ੀਸ਼ਿਆਂ ਦੇ ਬਰਤਨ ਘੱਟ ਹੀ ਇਸਤੇਮਾਲ ਹੁੰਦੇ ਆ, ਅਤੇ ਜ਼ਿਆਦਾਤਰ ਇੱਥੇ ਤਾਂ ਚੱਲਦੇ ਆ ਭਾਈ ਪਲਾਸਟਿਕ ਦੇ ਬਰਤਨ ਜਾਂ ਸਟੀਲਾਂ ਦੇ ਬਰਤਨ ਜਾਂ ਸਿਲਵਰ ਦੇ ਬਰਤਨ। ਅਤੇ ਫਿਰ ਮੈਂ ਨਾ ਇਹਨੂੰ 5 ਕਿਲੋ ਵਾਲੀ ਬਾਲਟੀ ਜਿਹੜੀ ਸੀਗੀ ਇਹ ਫ੍ਰੀ ਸੀਗੀ ਘਿਓ ਵਾਲੀ, ਅਤੇ ਫਿਰ ਮੈਂ ਨਾ ਸਾਰੀਆਂ ਮਿਰਚਾਂ ਜਿਹੜੀਆਂ ਛਾਣ ਕੇ ਸਾਫ਼ ਕਰਕੇ ਇਹਦੇ 'ਚ ਪਾ ਲਈਆਂ, ਅਤੇ ਹੁਣ ਇਹਦੇ 'ਚ ਵੀ ਨਾ ਬਿਲਕੁਲ ਇਹ ਮਹਿਫੂਜ਼ ਰਹਿਣਗੀਆਂ ਕੀੜਿਆਂ ਤੋਂ ਵੀ, ਅਤੇ ਵੈਸੇ ਵੀ ਜਿਹੜਾ ਨਾ ਸ਼ੋਪਰਾਂ ਦੀ ਨਿਸਬਤ ਜਿਹੜਾ ਨਾ ਬਿਹਤਰ ਹੈ ਕਿ ਆਪਾਂ ਚੀਜ਼ਾਂ ਬਰਤਨਾਂ ਦੇ ਵਿੱਚ ਸਟੋਰ ਕਰਕੇ ਰੱਖੀਏ, ਖਾਸ ਤੌਰ 'ਤੇ ਮਸਾਲਾ ਜਾਤ ਵਗੈਰਾ ਜਿਹੜੇ ਹੁੰਦੇ ਆ। ਅਤੇ ਮਿਰਚਾਂ ਨਾ ਆਪਣੀ ਸੁਬਹਾ ਤਬਾਹ ਕਰਨ ਤੋਂ ਬਾਅਦ ਨਾ ਮੈਂ ਆ ਗਈ ਹਾਂ ਜਨਾਬ ਸਬਜ਼ੀ ਦੇ ਵਿੱਚ, ਤਾਂ ਮਾਸ਼ਾਅੱਲਾ
ਸ਼ੁਕਰ ਅਲਹਮਦੁਲਿਲਾ ਸਬਜ਼ੀ ਜਿਹੜੀ ਆ ਨਾ ਉਹ ਲੱਗ ਗਈ ਹੈ ਅਤੇ ਅੱਜ ਪਹਿਲੀ ਵਾਰੀ ਆਪਾਂ ਤੋੜਾਂਗੇ ਆਪਣੇ ਘਰ ਦੀ ਤਾਜ਼ੀ ਸਬਜ਼ੀ। ਪਹਿਲੀ ਵਾਰੀ ਅੱਜ ਤਾਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਜਿਹੜੀ ਸਬਜ਼ੀ ਨਾ ਆਪਣੇ ਹੱਥਾਂ ਨਾਲ ਲਗਾਈ ਹੈ ਤੁਹਾਡੇ ਸਾਹਮਣੇ, ਮੈਨੂੰ ਗੋਡੀਆਂ ਦਿੱਤੀਆਂ, ਇਹਨੂੰ ਮੈਂ ਖਾਦਾਂ ਪਾਈਆਂ, ਇਹਨੂੰ ਮੈਂ ਪਾਣੀ ਲਾਏ, ਕਿੰਨੀ ਮਿਹਨਤ ਕੀਤੀ ਹੈ। ਅਤੇ ਅੱਜ ਦੇਖੋ ਕਿ ਮੈਂ ਆਪਣੇ ਹੱਥਾਂ ਨਾਲ ਜਿਹੜੀ ਨਾ ਤਾਜ਼ਾ ਤਾਜ਼ਾ ਫਰੈਸ਼ ਫਰੈਸ਼ ਸਬਜ਼ੀ ਇੱਥੋਂ ਤੋੜ ਰਹੀ ਹਾਂ। ਤੁਸੀਂ ਇਹਨਾਂ ਮੇਰੀ ਖੁਸ਼ੀ ਦਾ ਅੰਦਾਜ਼ਾ ਨਹੀਂ ਲਗਾ ਸਕਦੇ, ਯਕੀਨ ਕਰੋ ਕਿ ਮਤਲਬ ਇੰਨੀ ਖੁਸ਼ੀ ਹੁੰਦੀ ਹੈ ਨਾ ਇਨਸਾਨ ਨੂੰ ਕਿ ਮੈਂ ਇੰਨੀ ਮਿਹਨਤ ਕੀਤੀ ਅਤੇ ਫਿਰ ਮੈਨੂੰ ਉਹਦਾ ਫਲ ਮਿਲ ਰਿਹਾ। ਅਤੇ ਪਹਿਲੇ ਦਿਨ ਜਿਹੜੀਆਂ ਨਾ ਮੈਂ ਸਬਜ਼ ਤੋਰੀਆਂ, ਪਹਿਲੀ ਵਾਰੀ ਮਤਲਬ ਤੋੜਨ ਲੱਗੀ ਹਾਂ, ਕਿਉਂਕਿ ਇਹਨਾਂ ਨੂੰ ਫਿਰ ਕਰਨੀ ਆ ਸਪਰੇਅ ਅਤੇ ਪਾਣੀ ਵੀ ਲਗਾਉਣਾ ਦੁਬਾਰਾ। ਅਤੇ ਫਿਰ ਅੰਮੀ ਹੋਰੀ ਕਹਿ ਰਹੇ ਸੀ ਵੀ ਤੁਸੀਂ ਨਾ ਜਿੰਨੀਆਂ ਕੁ ਲੱਗੀਆਂ ਹੋਈਆਂ ਇੰਨੀਆਂ ਕੁ ਤੋੜ ਲਓ, ਕਿਉਂਕਿ ਫਿਰ ਬਾਅਦ 'ਚ ਨਾ ਇਹਨਾਂ ਨੇ ਵੱਡੀਆਂ ਹੋ ਜਾਣਾ ਅਤੇ ਫਿਰ ਸਹੀ ਨਹੀਂ ਹੁੰਦੀਆਂ। ਅਤੇ ਆਹ ਦੇਖੋ ਕਿੰਨੀਆਂ ਖੂਬਸੂਰਤ ਜਿਹੜੀਆਂ ਨਾ ਇਹ ਲਟਕਣ ਗਈਆਂ ਹੋਈਆਂ ਬੇਲਾਂ 'ਤੇ, ਜਿਹੜਾ ਮੈਂ ਉਹ ਵਿੱਚ ਲੱਕੜੀਆਂ ਰੱਖ ਦਿੱਤੀਆਂ ਸੀ ਨਾ ਉਹਨਾਂ ਦੀ ਵਜ੍ਹਾ ਤੋਂ ਨਾ ਹੁਣ ਉਹ ਬੇਲ ਉੱਪਰ ਚੜ੍ਹ ਕੇ ਅਤੇ ਤੋਰੀਆਂ ਜਿਹੜੀਆਂ ਨੀਚੇ ਲਟਕਣ ਗਈਆਂ ਹੁੰਦੀਆਂ ਨਾ, ਅਤੇ ਪਾਣੀ ਤੋਂ ਵੀ ਬੱਚੀਆਂ ਰਹਿੰਦੀਆਂ ਅਤੇ ਕੀੜੇ ਮਹਿਫੂਜ਼ ਵੀ ਰਹਿੰਦੀਆਂ, ਮਤਲਬ ਕੀੜੀਆਂ ਵਗੈਰਾ ਥੁੰਡੀਆਂ ਵਗੈਰਾ ਤੋਂ ਨਾ। ਅਤੇ ਇੱਥੇ ਮੈਂ ਚੈੱਕ ਕਰ ਰਹੀ ਸੀ ਕਿ ਤੋਰੀਆਂ ਤਾਂ ਤੋੜਨ ਵਾਲੀਆਂ ਹੋ ਗਈਆਂ, ਲੇਕਿਨ ਕੱਦੂ ਮਾਸ਼ਾਅੱਲਾ ਹਜੇ ਛੋਟੇ ਛੋਟੇ ਲੱਗੇ ਹੋਏ ਆ, ਨਿੱਕੇ ਨਿੱਕੇ ਜਿਹੇ। ਅਤੇ ਇਸ ਤੋਂ ਇਲਾਵਾ ਜਿਹੜੇ ਨਾ ਟੀਂਡੇ ਉਹ ਵੀ ਹਜੇ ਛੋਟੇ ਛੋਟੇ ਜਿਹੇ ਲੱਗੇ ਹੋਏ ਆ, ਅਤੇ ਜਿਹੜੀਆਂ ਭਿੰਡੀਆਂ ਸੀ ਉਹ ਵੀ ਫੁੱਲ ਚੱਕਣ ਗਈਆਂ ਹੋਈਆਂ, ਅਤੇ ਭਿੰਡੀਆਂ ਨੂੰ ਵੀ ਕੋਈ ਕੋਈ ਭਿੰਡੀ ਨਾ ਲੱਗਦੀ ਹੈ, ਮਤਲਬ 3-4 ਭਿੰਡੀਆਂ ਲੱਗੀਆਂ ਹੋਈਆਂ ਸੀ ਉਹ ਮੈਂ ਤੋੜੀਆਂ, ਅਤੇ ਬਾਕੀ ਜਿਹੜੀਆਂ ਨਾ ਹਜੇ ਫੁੱਲ ਚੱਕਣ ਦੇ ਪੌਦੇ। ਅਤੇ ਫਿਰ ਇਨਸ਼ਾਅੱਲਾ ਉਹ ਵੀ ਆਹਿਸਤਾ ਆਹਿਸਤਾ ਜਿਹੜਾ ਨਾ ਮਤਲਬ ਸਬਜ਼ੀ ਤਿਆਰ ਹੋ ਜਾਊਗੀ ਉਹ ਵੀ। ਬਸ ਇਹੀ ਚੀਜ਼ਾਂ ਦੇਖ ਕੇ ਨਾ ਜ਼ਿੰਦਗੀ ਦੇ ਵਿੱਚ ਯਕੀਨ ਹੋ ਜਾਂਦਾ ਕਿ ਇਨਸਾਨ ਨੂੰ ਨਾ ਕਦੀ ਵੀ ਹੌਸਲਾ ਨਹੀਂ ਹਾਰਨਾ ਚਾਹੀਦਾ, ਮਿਹਨਤ ਜ਼ਰੂਰ ਕਰਦੇ ਰਹਿਣਾ ਚਾਹੀਦਾ, ਚਾਹੇ ਇਨਸਾਨ ਜ਼ਿੰਦਗੀ ਦੀ ਕਿਸੇ ਵੀ ਸ਼ੋਬੇ ਦੇ ਵਿੱਚ ਕਿਸੇ ਵੀ ਮਾਮਲੇ ਦੇ ਵਿੱਚ ਮਤਲਬ ਮਿਹਨਤ ਕਰੇ ਨਾ, ਅੱਲਾ ਪਾਕ ਜਿਹੜਾ ਨਾ ਸੱਚੇ ਦਿਲ ਨਾਲ ਮਿਹਨਤ ਕਰਨ ਵਾਲਿਆਂ ਨੂੰ ਉਹਦਾ ਫਲ ਉਹਦਾ ਰਿਜ਼ਲਟ ਜ਼ਰੂਰ ਦਿੰਦਾ ਵਾ, ਚਾਹੇ ਦੇਰ ਨਾਲ ਦੇਵੇ ਚਾਹੇ ਸਵੇਰ ਨਾਲ ਦੇਵੇ। ਲੇਕਿਨ ਇਹ ਹੈ ਕਿ ਇਨਸਾਨ ਨੂੰ ਯਕੀਨ ਹੋਣਾ ਚਾਹੀਦਾ ਕਿ ਮੈਂ ਅਗਰ ਸੱਚੇ ਦਿਲ ਨਾਲ ਮਿਹਨਤ ਕਰਦਾ ਵਾ ਨਾ, ਤਾਂ ਫਿਰ ਉਹਨੂੰ ਅੱਲਾ 'ਤੇ ਛੱਡ ਦੇਣਾ ਚਾਹੀਦਾ, ਅਤੇ ਅੱਲਾ ਤਾਲਾ ਜਿਹੜਾ ਨਾ ਬਹੁਤ ਅੱਛਾ ਜਿਹੜਾ ਸਿਲਾ ਜਿਹੜਾ ਮਿਹਨਤ ਦਾ ਉਹ ਇਨਸਾਨ ਨੂੰ ਦਿੰਦਾ ਵਾ। ਅਤੇ ਅੱਜ ਮੇਰੀ ਵੀ ਕੁਛ ਇੱਦਾਂ ਦੀ ਫੀਲਿੰਗ ਹੋਈ ਸੀਗੀ, ਮੈਂ ਸਾਰੇ ਘਰ ਵਾਲਿਆਂ ਦੇ ਸਾਹਮਣੇ ਹੀਰੋ ਬਣੀ ਹੋਈ ਸੀਗੀ ਕਿ ਦੇਖੋ ਮੇਰੇ ਹੱਥਾਂ ਦੀ ਲਗਾਈ ਹੋਈ ਸਬਜ਼ੀ। ਮੈਂ ਜਿਹੜੀ ਨਾ ਸੁਬਹਾ ਅਤੇ ਸ਼ਾਮ ਤੱਕ ਸਕੂਲ, ਅਤੇ ਫਿਰ ਵੀ ਮੈਂ ਆਪਣੀ ਸਬਜ਼ੀ ਦੀ ਹਿਫਾਜ਼ਤ ਕਰਕੇ ਜਿਹੜੀ ਹੈ ਨਾ ਅੱਜ ਇਸ ਕਾਬਲ ਕਰ ਲਈ ਕਿ ਮਾਸ਼ਾਅੱਲਾ ਅਸੀਂ ਜਿਹੜੇ ਨਾ ਸਬਜ਼ੀਆਂ ਤੋੜ ਕੇ ਖਾਣ ਦੇ ਕਾਬਲ ਹੋ ਗਏ ਹੋਏ ਹਾਂ। ਕਿ ਆਹ ਦੇਖੋ ਤੋਰੀਆਂ ਵੀ ਮੈਂ ਇੱਥੇ ਦੇਖ ਰਹੀ ਸੀ, ਤੋਰੀਆਂ ਨੂੰ ਕੋਈ ਕੋਈ ਤੋਰੀ ਜਿਹੜੀ ਲੱਗੀ ਹੋਈ ਸੀਗੀ ਉਹ ਮੈਂ ਤੋੜ ਲਈ ਭਿੰਡੀ, ਅਤੇ ਬਾਕੀ ਫੁੱਲ ਚੱਕਣ ਦੇ ਟਿੰਡੇ ਦੇਖੋ ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ ਟਿੰਡੇ ਤਾਂ ਘਰ ਦੇ ਤਾਜ਼ੇ ਟਿੰਡੇ ਹੋਣ ਨਾ ਛੋਟੇ ਛੋਟੇ, ਇੰਨੇ ਕੁ ਮਜ਼ੇ ਦੇ ਬਣਦੇ ਆ ਨਾ, ਮੈਨੂੰ ਤਾਂ ਬਹੁਤ ਪਸੰਦ ਆ। ਅਤੇ ਇੱਕ ਤਾਂ ਮੇਰੇ ਕੋਲ ਰਹਿ ਹੀ ਨਹੀਂ ਹੋਇਆ, ਮੈਂ ਤੋੜ ਹੀ ਲਿਆ। ਵੈਸੇ ਅਜੇ ਤੋੜਨੇ ਦੇ ਕਾਬਲ ਨਹੀਂ ਹੈ ਸੀ, ਅਜੇ ਛੋਟੇ ਛੋਟੇ ਆ, ਲੇਕਿਨ ਮਤਲਬ ਥੋੜ੍ਹੇ ਦਿਨਾਂ ਤੱਕ ਬੜੇ ਹੋ ਜਾਣਗੇ ਨਾ, 2-4 ਦਿਨਾਂ ਤੱਕ, ਅਤੇ ਫਿਰ ਇਹਨਾਂ ਨੂੰ ਇਨਸ਼ਾਅੱਲਾ ਫਿਰ ਇਹ ਵੀ ਤੋੜਾਂਗੇ। ਅਤੇ ਇੱਥੇ ਜਨਾਬ ਮੈਂ ਨਾ ਤੋੜ ਲਈ ਹੋਈ ਆ ਸਬਜ਼ੀ ਆਪਣੀ, ਅਤੇ ਮਾਸ਼ਾਅੱਲਾ ਹੁਣ ਜਿਹੜੀ ਸਬਜ਼ੀ ਮੈਂ ਤੋੜੀ ਆ ਨਾ, ਹੁਣ ਅੱਜ ਆਪਾਂ ਇਹੀ ਬਣਾਵਾਂਗੇ ਦੁਪਹਿਰ ਦੇ ਖਾਣੇ ਦੇ ਵਿੱਚ, ਪਕਾਏਂਗੇ ਅੱਜ ਆਪਣੀ ਤਾਜ਼ਾ ਸਬਜ਼ੀ ਬਣਾ ਕੇ, ਅਤੇ ਅੱਜ ਇਹਦੇ ਨਾਲ ਹੀ ਰੋਟੀ ਖਾਣੀ ਆ।
ਬਸ ਮਿਰਚਾਂ ਵਾਲੀਆਂ ਤੋਰੀਆਂ ਪਾਉਣ ਲੱਗੇ। ਬਕਾ ਲਾ ਫਿਰ ਮੈਂ ਨਹੀਂ ਕਹਿੰਦਾ, ਸਿਰਫ ਸਬਜ਼ ਮਿਰਚਾਂ ਵਾਲੀਆਂ ਬਸ, ਹੋਰ ਕੋਈ ਚੀਜ਼ ਨਹੀਂ। ਪਰ ਮੈਂ ਇਹਨਾਂ ਨੂੰ ਪਕਾਉਣ ਲੱਗੀ ਹਾਂ ਜਨਾਬ ਦੇਸੀ ਘਿਓ ਵਿੱਚ, ਤੇ ਮੈਂ ਪਾ ਲਿਆ ਮਿਰਚਾਂ ਨੇ ਕੁੱਟਣਾ ਹੁਣ ਥੋੜੀ ਦੇਰ। ਅੱਜ ਕੱਲ੍ਹ ਗਰਮੀਆਂ ਨੇ ਨਾ, ਤਾਂ ਮੈਂ ਕੁਝ ਜ਼ਿਆਦਾ ਮਿਰਚ ਮਸਾਲਿਆਂ ਵਾਲੇ ਖਾਣੇ ਨਹੀਂ ਬਣਾ ਰਹੀ। ਮੈਂ ਸਿਰਫ ਕੋਸ਼ਿਸ਼ ਇਹ ਕਰਦੀ ਹੁੰਦੀ ਹਾਂ ਕਿ ਬਸ ਮਿਰਚਾਂ ਨਾ ਹੀ ਪਾਉਣੀਆਂ ਪੈਣ, ਮਤਲਬ ਸੁਰਖ ਮਿਰਚਾਂ ਜਿਹੜੀਆਂ ਨਾ, ਸਬਜ਼ ਪਾ ਕੇ ਅਤੇ ਥੋੜ੍ਹੀਆਂ ਜਿਹੀਆਂ ਕਾਲੀਆਂ ਮਿਰਚਾਂ ਪਾ ਕੇ ਮੈਂ ਬਸ ਸਾਲਨ ਬਣਾ ਲੈਂਦੀ ਹਾਂ। ਲਓ ਜਨਾਬ, ਸਾਲਨ ਮਾਸ਼ਾਅੱਲਾ ਹੋ ਗਿਆ ਰੈਡੀ, ਆ ਦੇਖੋ। ਅਤੇ ਸਾਲਨ ਜਿਹੜਾ ਨਾ ਸਾਡੇ ਲਈ, ਦੋ ਤਿੰਨ ਬੰਦੇ ਅਸੀਂ ਤਾਂ ਬਸ ਦੋ ਤਿੰਨ ਬੰਦਿਆਂ ਲਈ ਕਾਫੀ ਹੈ। ਵੈਸੇ ਨਾ ਮੈਨੂੰ ਅੱਜ ਕੱਲ੍ਹ ਹੋਇਆ ਪਿਆ ਤੰਦੂਰ ਦਾ ਸ਼ੌਕ, ਔਰ ਬਹੁਤ ਜ਼ਿਆਦਾ ਸ਼ੌਕ ਹੋਇਆ ਪਿਆ, ਲੇਕਿਨ ਨਾ ਕੋਈ ਜਗ੍ਹਾ ਵੀ ਨਹੀਂ ਮਿਲਦੀ ਪਈ ਕਿ ਕਿਸ ਜਗ੍ਹਾ 'ਤੇ ਤੰਦੂਰ ਜਿਹੜਾ ਨਾ ਲਿਆ ਕੇ ਅਤੇ ਉਹਨੂੰ ਸੈੱਟ ਕਰਨਾ। ਪਹਿਲੇ ਮੈਂ ਸੋਚਦੀ ਸੀਗੀ ਕਿ ਛੱਤ ਦੇ ਉੱਪਰ ਨਾ ਇੱਕ ਆਪਣਾ ਛੋਟਾ ਜਿਹਾ ਮਤਲਬ ਕਿਚਨ ਕੋਰਨਰ ਬਣਾ ਲਵਾਂ, ਅਤੇ ਉੱਥੇ ਆਪਣਾ ਤੰਦੂਰ ਅਤੇ ਉੱਥੇ ਇੱਕ ਚੁੱਲ੍ਹਾ ਸੈੱਟ ਕਰ ਲਵਾਂ। ਅਤੇ ਕਦੀ ਕਦੀ ਬੰਦਾ ਨਾ ਜਦੋਂ ਦਿਲ ਕਰੇ ਅਤੇ ਉੱਪਰ ਜਾ ਕੇ ਮਤਲਬ ਕੁਕਿੰਗ ਕਰੇ, ਉੱਪਰ ਹਵਾ ਵੀ ਲੱਗਦੀ ਹੈ ਅਤੇ ਮਤਲਬ ਜੇ। ਲੇਕਿਨ ਫਿਰ ਮੈਨੂੰ ਕਿਸੇ ਨੇ ਕਿਹਾ ਕਿ ਨਹੀਂ, ਤੰਦੂਰ ਉੱਪਰ ਨਹੀਂ ਬਾਲੀ ਦਾ ਹੁੰਦਾ, ਉਹਦੇ ਵਿੱਚ ਜ਼ਿਆਦਾ ਲੱਕੜੀਆਂ ਪੈਂਦੀਆਂ ਨੇ, ਜ਼ਿਆਦਾ ਅੱਗ ਚੱਲਦੀ ਹੈ,
ਅਤੇ ਫਿਰ ਨਾ ਉਹ ਛੱਤਾਂ ਨੂੰ ਨੁਕਸਾਨ ਹੋ ਜਾਂਦਾ, ਇਹ ਹੋ ਜਾਂਦਾ, ਵੋ ਹੋ ਜਾਂਦਾ। ਅਤੇ ਹੁਣ ਮੈਂ ਨਾ ਥੋੜ੍ਹੀ ਜਿਹੀ ਬਦਲ ਜਿਹੀ ਹੋ ਗਈ ਹਾਂ, ਮਤਲਬ ਡਬਲ ਮਾਈਂਡਡ ਜਿਹੀ ਹੋ ਗਈ ਹਾਂ, ਕਿਉਂਕਿ ਮੈਨੂੰ ਪਤਾ ਨਹੀਂ ਆ ਕਿ ਵਾਕਈ ਤੰਦੂਰ ਨੂੰ ਛੱਤ ਦੇ ਉੱਪਰ ਸੈਟਿੰਗ ਕਰਨ ਨਾਲ ਅਤੇ ਰੋਟੀਆਂ ਪਕਾਉਣ ਨਾਲ ਵਾਕਈ ਛੱਤਾਂ ਨੂੰ ਨੁਕਸਾਨ ਹੋ ਜਾਂਦਾ ਕਿ ਨਹੀਂ ਹੁੰਦਾ। ਅਗਰ ਤੁਹਾਨੂੰ ਕਿਸੇ ਨੂੰ ਇਸ ਬਾਰੇ ਕੁਛ ਪਤਾ ਤਾਂ ਮੈਨੂੰ ਜ਼ਰੂਰ ਦੱਸਣਾ, ਕਿਉਂਕਿ ਮੈਂ ਬਹੁਤ ਪਰੇਸ਼ਾਨ ਹਾਂ। ਕਿਉਂਕਿ ਬਾਹਰ ਵੀ ਮਤਲਬ ਸਾਡੇ ਘਰ ਤਾਂ ਸਾਡਾ ਇੰਨਾ ਵੱਡਾ ਨਹੀਂ ਆ, ਅਤੇ ਘਰ ਦੇ ਵਿੱਚ ਜਿਹੜੀ ਨਾ ਛਾਂ ਵੀ ਨਹੀਂ ਹੁੰਦੀ ਕਿ ਜਿੱਥੇ ਮੈਂ ਕੋਈ ਆਪਣਾ ਕੋਰਨਰ ਸੈੱਟ ਕਰ ਲਵਾਂ ਤੰਦੂਰ ਵਾਲਾ। ਅਤੇ ਮੈਂ ਅੱਜ ਕੱਲ੍ਹ ਇਹੀ ਹਰ ਟਾਈਮ ਦੇਖਦੀ ਰਹਿੰਦੀ ਕਿ ਕਿਹੜੀ ਐਸੀ ਜਗ੍ਹਾ ਹੋਵੇ ਜਿੱਥੋਂ ਮੈਂ ਤੰਦੂਰ ਸੈਟਿੰਗ ਕਰਾਂ। ਅਤੇ ਇਨਸ਼ਾਅੱਲਾ ਹੁਣ ਮੈਂ ਨਾ ਕੋਸ਼ਿਸ਼ ਇਹੀ ਹੈ ਮੇਰੀ ਕਿ ਜਲਦ ਤੋਂ ਜਲਦ ਮੈਂ ਤੰਦੂਰ ਲੈ ਲਵਾਂ। ਅਤੇ ਮੈਂ ਨਾ ਤੰਦੂਰ 'ਤੇ ਰੋਟੀਆਂ ਲਗਾਉਣੇ ਦਾ ਮੈਨੂੰ ਇੰਨਾ ਕੁ ਸ਼ੌਕ ਹੈ ਨਾ ਕਿ ਤੁਸੀਂ ਸੋਚ ਨਹੀਂ ਸਕਦੇ। ਹਾਲਾਂਕਿ ਮੇਰੀ ਅੰਮੀ ਹੁਣੀ ਮੈਨੂੰ ਮਨਾ ਕਰਦੀਆਂ ਕਿ ਤੂੰ ਨਹੀਂ ਲਗਾ ਸਕਣਾ ਹਜੇ, ਲੇਕਿਨ ਮੈਨੂੰ ਜਿੰਨਾ ਸ਼ੌਕ ਹੈ ਮੈਨੂੰ ਉਮੀਦ ਹੈ ਕਿ ਮੈਂ ਬਹੁਤ ਜਲਦੀ ਸਿੱਖ ਜਾਣਾ ਔਰ ਮੈਂ ਜਿਹੜੀ ਨਾ ਬਿਲਕੁਲ ਸਹੀ ਸਹੀ ਰੋਟੀਆਂ ਲਗਾ ਲੈਂਦੀ ਹਾਂ। ਅਤੇ ਤੁਸੀਂ ਮੈਨੂੰ ਹੁਣ ਦੱਸਣਾ ਕਿ ਵਾਕਈ ਛੱਤਾਂ ਨੂੰ ਨੁਕਸਾਨ ਹੈਗਾ, ਨੀਚੇ ਹੀ ਸੈੱਟ ਕਰਨਾ ਪੈਣਾ ਜਾਂ ਕੀ ਕਰੀਏ ਹੁਣ। ਜਨਾਬ ਇੱਥੇ ਸਾਡਾ ਦੁਪਹਿਰ ਦਾ ਖਾਣਾ ਰੈਡੀ ਹੋ ਗਿਆ, ਦੇਖੋ ਲੱਸੀ ਬਣਾਈ ਹੋਈ ਆ, ਅਚਾਰ ਲਸੋੜਿਆਂ ਦਾ, ਮਿਰਚਾਂ ਦਾ, ਅਤੇ ਆਹ ਦਹੀਂ। ਅੱਬੂ ਜੀ ਸਾਦਾ ਦਹੀਂ ਲਾਜ਼ਮੀ ਖਾਂਦੇ ਦੁਪਹਿਰ ਨੂੰ। ਅਤੇ ਆਹ ਜਨਾਬ ਸਾਡੀ ਤਾਜ਼ਾ ਸਬਜ਼ੀ, ਅਤੇ ਅਸੀਂ ਹੁਣ ਖਾਣਾ ਖਾਵਾਂਗੇ। ਜਿਹਨੂੰ ਜਿਹਨੂੰ ਭੁੱਖ ਲੱਗੀ ਹੋਈ ਆ ਤੁਸੀਂ ਵੀ ਆ ਜਾਓ ਅਤੇ ਸਾਡੇ ਨਾਲ ਜਿਹੜਾ ਨਾ ਖਾਣਾ ਖਾਓ।